वेलकम बैक आज ਸਾਡੀਆਂ ਪ੍ਰਾਣੀਆਂ ਨੇ ਸ਼ਹਿਨਾਜ਼ ਵਜ਼ੀਰ ਅਲੀ ਉਹਨਾਂ ਨਾਲ ਸਾਡੀ ਗੁਫ਼ਤਗੂ ਹੋ ਰਹੀ ਹੈ ਔਰ ਤੁਸੀਂ ਵੀ ਇੰਜੋਏ ਕਰ ਰਹੇ ਹੋ ਤੇ ਅਸੀਂ ਵੀ ਇੰਜੋਏ ਕਰ ਰਹੇ ਹਾਂ ਅੱਛਾ ਜੀ ਅਮਰੀਕਾ ਫਿਰ ਤੁਸੀਂ ਕਾਲਜ ਚਲੇ ਗਏ ਵੰਟਣ ਕਿ ਨਹੀਂ ਹੋ ਜਾਂਦੇ ਨਹੀਂ ਜੀ ਉੱਥੇ ਕਾਲਜਿਸ ਤੇ ਬੜੇ ਆਮ ਕਪੜੇ ਛਪੜੇ ਪੈਨ ਕੇ ਉਸ ਵੇ ਹੁਣ ਵੀ ਕਾਲਜ ਤੇ ਚਲੇ ਜਾ ਕੋਈ ਪੰਟ ਕਰਦੀ ਸੋ ਕਾਲਜ ਚ ਮੈਂ ਜੀ ਪਹਿਲਾ ਪਹਿਲਾ ਤੇ ਬੜਾ ਹੀ ਮੁਸ਼ਕਲ ਲੱਗਿਆ ਕਿਉਂਕਿ ਮੈਂ ਜੀ ਗਈ ਸਾ ਕਰਾਚੀ ਪਹਿਲੇ ਉੱਥੇ ਸੇਂਟ ਜੋਸਸ ਕਨਵੈਂਟ ਸਕੂਲ ਸੀ ਤੇ ਤੁਹਾਨੂੰ ਪਤਾ ਹੈ ਉਸ ਜ਼ਮਾਨੇ ਚ ਕਨਵੈਂਟ ਸਕੂਲ ਜਿਹੜੇ ਹੁੰਦੇ ਸਨ ਉੱਥੇ ਨਾਨ ਤੇ ਮਦਰ ਤੇ ਸਿਸਟਰ ਤੇ ਉਹ ਸਾਡੀ ਪੜੀਆਂ ਸਖਤ ਡਾਡੀਆਂ ਹੋਈਆਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਾਡਾ ਯੂਨੀਫਾਰਮ ਤੇ ਉਹchna ਬੈਠਣਾ ਹਰ ਇੱਕ ਚੀਜ਼ ਬੜੀ ਜਿਸ ਤਰ੍ਹਾਂ ਡਿਸਪਲਨ ਨਹੀਂ ਹੁੰਦਾ ਫੌਜ ਦਾ ਉਸ ਤਰ੍ਹਾਂ ਹੁੰਦਾ ਸੀ ਅਬਜੀ ਦੀ ਪੋਸਟਿੰਗ ਹੋ ਗਈ ਪਾਕਿਸਤਾਨ ਐਮਬੈਸੀ ਚ ਇਕਨੋਮਿਕ ਮਿਨਿਸਟਰ ਦੀ ਉਹਨਾਂ ਦੀ ਪੋਸਟਿੰਗ ਹੋਈ ਤੇ ਮੈਨੂੰ ਫਿਰ ਉਥੇ ਆਖਰੀ ਸਾਲ ਜਿਹੜਾ ਮੇਰਾ ਸਕੂਲ ਦਾ ਸੀ ਨਾ ਉਥੇ ਮੈਨੂੰ ਖਤਮ ਕਰਨਾ ਪਿਆ ਠੀਕ ਤੇ ਵੁਡਰ ਵਿਲਸਨ ਹਾਈ ਸਕੂਲ ਸੀ ਵਾਸ਼ਿੰਗਟਨ ਡੀਸੀ اچ ਉੱਥੇ ਮੈਂ ਆਪਣੀ ਸਕੂਲ ਦੀ تعلیم ਮੁਕੰਮਲ ਕੀਤੀ ਤੇ ਬਹੁਤ ਹੀ ਜਿਸ ਤਰ੍ਹਾਂ ਹੁਣ ਕਹਿੰਦੇ ਨੇ ਨਾ ਕਲਚਰ ਸ਼ੌਕ ਜਿਹੜਾ ਹੁੰਦਾ ਹੈ ਨਾ ਜਿਸ ਨੂੰ ਕਲਚਰ ਸ਼ੌਕ ਕਹਿੰਦੇ ਨੇ ਸ਼ੌਕ ਨਹੀਂ ਸ਼ੌਕ ਠੀਕ ਉੱਥੇ ਜਾ ਕੇ ਜਿਸ ਤਰ੍ਹਾਂ ਧਜਕਾ ਲੰਗਦਾ ਹੈ ਨਾ ਬੰਦਾ ਉੱਥੇ ਨਾ ਉੱਥੇ ਵੇਖਤੇ ਲੜਕੇ ਆ ਤੇ ਲੜਕੀਆਂ ਦਾ ਇਕੱਠਾ ਸਕੂਲ ਦੂਜੀ ਗੱਲ ਨਾ ਕੋਈ ਯੂਨੀਫਾਰਮ ਤੀਜੀ ਗੱਲ ਤੁਹਾਨੂੰ ਕਾਫੀ ਠੀਕ ਠਾਕ ਉੱਥੇ ਆਜ਼ਾਦੀ ਇਸ لحاظ ਨਾਲ ਕਿ ਟਾਈਮ ਟੇਬਲ ਜਿਹੜਾ ਤੁਹਾਡਾ ਹੈ ਸੀ ਨਾ ਉਹ ਹਰ ਸਟੂਡੈਂਟ ਦਾ ਤਕਰੀਬਨ ਵਖਰਾ ਵਖਰਾ ਇੱਕ ਤਰੀਕੇ ਨਾਲ ਹੁੰਦਾ ਸੀ ਤੇ ਜਿਸ ਤਰ੍ਹਾਂ ਸਾਨੂੰ ਆਦਤ ਪਈ ਹੋਈ ਸੀ ਕਿ ਜੀ ਕਲਾਸ ਵਿੱਚ ਤੁਸੀਂ ਜਾਓ ਸਾਰਾ ਦਿਨ ਤੁਸੀਂ ਕਲਾਸ ਵਿੱਚ ਬੈਠੋ ਟੀਚਰਾਂ ਆਉਂਦੀਆਂ ਜਾਂਦੀਆਂ ਸਨ ਫਰਕ-ਫਰਕ ਮਜ਼ਮੂਨ ਪੜ੍ਹਾਉਂਦੀਆਂ ਸਨ ਉੱਥੇ ਸਾਰਾ ਕੁਝ ਹੀ ਮੁxtਲਫ ਸੀ ਤੇ ਉੱਥੇ ਜਾ ਕੇ ਪਹਿਲੇ ਤੇ 3-4 2 2.5 ਤੇ 3 ਮਹੀਨੇ ਤੇ ਮੈਂ ਬੜੀ ਮਤਲਬ ਸਹਮੀ ਸਹਮੀ ਰਹਾਂ ਦੀ ਸੀ ਕਿ ਸਮਝ ਨਹੀਂ ਸੀ ਆਂਦੀ ਕਿ ਕਿਸ ਤਰ੍ਹਾਂ ਅਮਰੀਕਨਾਂ ਦੇ ਨਾਲ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਫਿਰ ਇੱਕ ਗੱਲ ਮੈਂ ਜ਼ਰੂਰ ਆਖਾਂਗੀ ਜੀ કે અમેરિકન ਜਿਹੜਾ ਨਿਜ਼ਾਮ-ਏ-ਤਾਲੀਮ ਹੈ ਨਾ ਉਹ ਇੱਕ ਬੱਚੇ ਨੂੰ ਜਾਂ ਸਟੂਡੈਂਟ ਨੂੰ ਉਹ ਉਹਦੇ ਵਿੱਚ ਇਤਮਾਦ ਪੈਦਾ ਕਰਦਾ ਹੈ ਖੁਦ ਇਤਮਾਦੀ ਜਿਹੜੀ ਜੇ ਹੈ ਤੇ ਇੰਟਰਸਟ ਜਿਹੜਾ ਹੈ ਤੇ ਜਿਸ ਨੂੰ ਕਹਿੰਦੇ ਨੇ ਨਾ ਸੈਲਫ ਡਾਇਰੈਕਟਿਡ ਸਟੱਡੀਿੰਗ ਜਿਹੜਾ ਹੈ ਉਸ ਦੇ ਉੱਤੇ ਉਹਨਾਂ ਦਾ ਮਤਲਬ ਹੈ ਅੱਛਾ ਹੁਣ ਤੁਸੀਂ ਸਾਨੂੰ ਨਿੱਕੇ ਨਿੱਕੇ ਜਵਾਬ ਦੇਣੇ ਤੇ ਮੈਂ ਨਿੱਕੇ ਨਿੱਕੇ ਸਵਾਲ ਕਰਾਂਗਾ ਸਾਡਾ ਟਾਈਮ ਮੁੱਕਦਾ ਪਿਆ ਤੇ ਸਵਾਲ ਹਲੇ ਬੜੇ ਰਹਿੰਦੇ ਨੇ ਕਿਨੂੰ ਖਾਤ ਲਿਖਦੇ ਹੁੰਦੇ ਸਨ ਉਸ ਵੇਲੇ ਤੇ ਮੇਰੇ ਭਾਈ ਵੀ ਨਾਲ ਸੀ ਸਾਰੇ ਇੱਕ ਦੋ ਮੇਰੀ ਫਰੈਂਡਸ ਨੂੰ ਲਿਖਨੀ ਆ ਸਾਂ ਸਹੇਲੀਆਂ ਨੂੰ ਠੀਕ ਬਿਲਕੁਲ ਉਹ ਖਾਤਾਲੀ ਵੀ ਕੁਝ ਪੜੇ ਹੋਏ ਨੇ ਉਹ ਸਮਾਨਯ ਇੰਟਰਨੈਟ ਤੇ ਹੈ ਨਹੀਂ ਸੀ ਜੀ ਮੈਂ ਫੋਨ ਕਰ ਦੇ ਸੋ ਨਹੀਂ ਬਿਲਕੁਲ ਨਹੀਂ ਅੱਛਾ ਤੁਹਾਨੂੰ ਵੀ ਖਾਤ ਆਂਦੇ ਹੋਣਗੇ ਯਕੀਨਨ ਉਹ ਚੰਤਨ ਮਹੀਨੇ ਦੇ ਬਾਅਦ ਜੀ ਖਾਤਾ ਆਂਦਾ ਸੀ ਅੱਛਾ ਇਹ ਦੱਸੋ ਕਿ ਤੁਹਾਨੂੰ ਲਿਬਾਸ ਸਾੜੀ ਚੰਗਾ ਲੱਗਦਾ ਸ਼ਲਵਾਰ ਕਮੀਜ਼ ਜਾਂ ਕੋਈ ਹੋਰ ਸ਼ਲਵਾਰ ਕਮੀਜ਼ ਕਿਹੜੇ ਰੰਗੇ ਚ ਸਭ ਤੋਂ ਬਿਹਤਰੀਨ ਹੈ ਜੀ ਕੋਈ ਸਬਜ਼ ਰੰਗ ਹੋਵੇ ਜਾਂ ਨੀਲਾ ਰੰਗ ਹੋਵੇ ਸਬਜ਼ ਜਾਂ ਨੀਲਾ ਤੇ ਮਰਦਾਂ ਤੇ ਤੁਹਾਨੂੰ ਸ਼ਲਵਾਰ ਕਮੀਜ਼ ਸੂਟ ਕਿ ਚੰਗਾ ਲੱਗਦਾ ਦੋਵੇਂ ਚੰਗੇ ਲੱਗਦੇ ਨੇ ਅੱਛਾ ਤੇ ਕਿਹੜੇ ਰੰਗੇ ਚ ਸੂਟ ਤੇ ਕਾਲਾ ਹੋਣਾ ਚਾਹੀਦਾ ਤੇ ਸ਼ਲਵਾਰ ਕਮੀਜ਼ ਜਿਸ ਤਰ੍ਹਾਂ ਤੁਸੀਂ ਪਾਈ ਹੋਈ ਹੈ ਚਿੱਟੀ ਆਫ ਵਾਈਟ ਅੱਛਾ ਤੇ ਇਹਦੇ ਸੋਕੇ ਫੁੱਲ ਤਾਂ ਕਿਹੜਾ ਚੰਗਾ ਲੱਗਦਾ ਮੈਨੂੰ ਗੁਲਾਬ ਹੀ ਚੰਗਾ ਲੱਗਦਾ ਕਦੀ ਕਿਸੇ ਨੂੰ ਦਿੱਤਾ ਮੈਂ ਤੇ ਲੋਕਾਂ ਨੂੰ ਲੋਕਾਂ ਨੇ ਮਨੂ ਦਿੱਤੇ ਨੇ ਗੁਲਾਬ ਬਹੁਤ ਸਾਰੇ ਕਿੰਨੇ ਕੁ ਫੁੱਲ ਤੁਹਾਨੂੰ ਮਿਲੇ ਜੀ ਕਾਫੀ ਮਿਲੇ ਨੇ ਅੱਛਾ ਬੱਚੇ ਵੀ ਦਿੰਦੇ ਰਹਿੰਦੇ ਨੇ ਅਬ ਸਾਡੇ ਫੈਮਿਲੀ ਵਾਲੇ ਵੀ ਦਿੰਦੇ ਰਹਿੰਦੇ ਨੇ ਮੇਰੇ ਸਟੂਡੈਂਟਸ ਵੀ ਬੜੇ ਦਿੰਦੇ ਰਹਿੰਦੇ ਸਨ ਮੈਂ ਟੀਚਰ ਹੋਈ ਆ ਨਾ ਮਜ਼ਰ ਭਾਈ ਬੜੇ ਸਾਲ ਤੇ ਮੈਂ ਟੀਚਿੰਗ ਕੀਤੀ ਹੋਈ ਹੈ ਅੱਛਾ ਤੁਹਾਡੀ ਸਮਾਰਟਨੈਸ ਦਾ ਮਰਾਜ ਪੁੱਛਣਾ ਕੀ ਕਰ ਉਹ ਕੋਈ ਸਮਾਰਟਨੈਸ ਨਹੀਂ ਹੈ ਜਨਾਬ ਹੁਣ ਤੇ ਬੁਢਾਪਾ ਹੈ ਅਸਲ ਗੱਲ ਹੈ ਵੇ ਕਮਾਲ ਹੈ ਦੂਜੀ ਗੱਲ ਇਹ ਵੇ ਕਿ ਜੇ ਤੇ ਤੁਹਾਡੇ ਸਾਹਮਣੇ ਸਮਝਦੇ ਨੇ ਕਿ ਇਹ ਵਿੱਚ ਕੋਈ ਹਕਮਤ ਹੈ ਮੈਂ ਤੇ ਸਮਝ ਨਹੀਂ ਆ ਸਭ ਤੋਂ ਬਿਹਤਰੀਨ ਹੈ ਵੇ ਕਿ ਤੁਸੀਂ ਆਪਣਾ ਡਿਸਪਲਿਨ ਡਿਸਪਲਿਨਡ ਲਾਈਫ ਹੋਣੀ ਚਾਹੀਦੀ ਅੱਛਾ ਤੁਹਾਡੇ ਉੱਠਣ ਦਾ ਟਾਈਮ ਤੁਹਾਡੇ ਸੋਣੇ ਦਾ ਟਾਈਮ ਹੁਣ ਮੈਂ ਇੱਕ ਚੀਜ਼ ਅੱਛਾ ਤੁਸੀਂ ਕਿੰਨੇ ਘੰਟੇ ਸੌਂਦੇ ਹੋ ਮੈਂ 8 ਘੰਟੇ ਸੌਂਦੀ ਆ ਮੈਂ ਕੋਈ 5.5 ਘੰਟੇ 6 ਘੰਟੇ ਬਸ ਤੇ ਹੁਣ ਵੀ ਐਕਸਰਸਾਈਜ਼ ਕਰਦੇ ਹੋ ਵਾਕ ਕਰਦੇ ਹੋ ਨਹੀਂ ਮੈਂ ਇੱਕ ਜ਼ਮਾਨੇ 'ਚ ਤੇ ਮੈਂ ਬਹੁਤ ਕਰਦੀ ਸਾਂ ਵਾਕ ਸ਼ੌਕ ਮੈਨੂੰ ਪਸੰਦ ਵੀ ਸੀ ਹੁਣ ਵੀ ਮੈਨੂੰ ਪਸੰਦ ਹੈ ਬੜੀ ਬੜੀ ਖਾਹਿਸ਼ ਹੈ ਕਿ ਰੋਜ਼ ਆਣਾ ਸ਼ਾਮੀ ਜਾਂ ਸਵੇਰੇ ਮੈਂ ਨਿਕਲਾਂ ਲੇਕਿਨ ਕਦੇ ਮੌਕਾ ਨਹੀਂ ਮਿਲਦਾ ਰੋਜ਼ ਤੁਹਾਨੂੰ ਕਿਹੜਾ ਚੰਗਾ ਲੱਗਦਾ ਜੀ ਮੌਸਮ ਤੁਹਾਨੂੰ ਕਿਹੜਾ ਚੰਗਾ ਲੱਗਦਾ ਮੌਸਮ ਮੈਨੂੰ ਸਰਦੀਆਂ ਦਾ ਤੇ ਸਰਦੀਆਂ 'ਚ ਜੇ ਮੀਂਹ ਆ ਜਾਏ ਤੇ ਫੇਰ ਜ਼ਬਰਦਸਤ ਫਿਰ ਮौज ਹੋ ਜਾਂਦੀ ਹੈ ਬਹੁਤ ਜ਼ਬਰਦਸਤ ਠੀਕ ਹੈ ਤੇ ਸਵੇਰ ਚੰਗੀ ਲੱਗਦੀ ਹੈ ਸ਼ਾਮ ਖੂਬਸੂਰਤ ਲੱਗਦਾ ਹੈ ਨਾ अच्छा दसो सवेर चंगी लगदी है शाम? अह शाम ज्यादा चंगी लगदी है लेकिन कदे कदे मौका मिलदा ना बहुत ही सवेरे सवेरे उठन दा ते किन्नी एक शामਾਂ जिंदगी च रंगीन लगियां ने? एते बड़ा ਔਖਾ ਸਵਾਲ ਹੈ ਜੀ। ਰੰਗीन ਸ਼ਾਮਾਂ ਤੇ ਮੈਂ ਪਤਾ ਨਹੀਂ ਤੁਸੀਂ ਕਿਸ ਚੀਜ਼ ਨੂੰ ਰੰਗीन ਸ਼ਾਮਾਂ ਕਹਿੰਦੇ ਹੋ। ਵੇਖੋ ਨਾ ਕੋਈ ਪਲੇਜ਼ਰਡ ਸ਼ਾਮ ਜਿਹੜੀ ਹੈ ਮੈਂ ਤੇ ਕਹਿੰਨੀ ਆ ਅੱਲਾਹ ਦੀ ਬੜੀ ਮਿਹਰਬਾਨੀ ਹੈ ਜਿਹੜੇ ਦਿਨ ਸਿਹਤ ਵਿੱਚ ਲੰਘ ਜਾਣ ਉਹ ਬਹੁਤ ਅੱਛੇ ਨੇ। ਤੇ ਸਭ ਤੋਂ ਜ਼ਿਆਦਾ ਜੀ ਮੈਨੂੰ ਸ਼ੌਕ ਹੈ ਸ਼ਾਮ ਦੇ ਵੇਲੇ ਜਾਂ ਤੇ ਆਪਣੀ ਫਰੈਂਡਸ ਦੇ ਨਾਲ ਜਾਂ ਫੈਮਿਲੀ ਨਾਲ ਸਭ ਤੋਂ ਪਹਿਲਾਂ ਬੱਚਿਆਂ ਦੇ ਨਾਲ ਸਭ ਤੋਂ ਪਹਿਲਾਂ ਦੂਜਾ ਸ਼ੌਕ ਹੈ ਫਰੈਂਡਸ ਦੇ ਨਾਲ ਤੀਜਾ ਸ਼ੌਕ ਹੈ ਕੋਈ ਮusiqi ਹੋਵੇ ਜੀ ਮੈਂ ਮusiqi ਦੇ ਪੁੱਛਣ ਆਲਾ ਸੀ ਤੁਹਾਨੂੰ ਕੀ ਸੁਣਦੇ ਹੋ ਮusiqi ਤੇ ਕਿਹੜਾ ਮਾਨਤਨ ਜੀ ਖਾਨ ਮੈਦੀ हसन ਠੀਕ ਹੈ ਨੀਰ ਅਨੂਰ ਖੁਦ ਵੀ ਗੁੰਗਾਨਦੇ ਹੋ ਕਾਸ਼ ਮੈਨੂੰ ਕੁਝ ਆਂਦਾ ਸੁਣਨ ਦਾ ਬਹੁਤ ਸ਼ੌਕ ਹੈ ਅੱਛਾ ਸਾਡੇ ਪਿੰਡਾਂ ਦਾ ਕਲਚਰ ਹੈ ਪੰਜਾਬ ਦਾ ਪਾਕਿਸਤਾਨ ਦਾ ਅਸੀਂ ਬਹੁਤ ਸ਼ਾਦੀਆਂ ਦੇ ਸਾਡੀਆਂ ਫੈਮਿਲੀ ਦੀਆਂ ਔਰਤਾਂ ਵੀ ਗਾਦੀਆਂ ਨੇ ਤੇ ਲੁੱਡੀ ਵੀ ਪਾਉਂਦੀਆਂ ਨੇ ਲੁੱਡੀ ਤੇ ਪਾਉਂਦੇ ਹਨ ਤੁਸੀਂ ਵੀ ਪਾਈ ਕਿਹੜਾ ਪੰਜਾਬੀ ਕਿਹੜੀ ਪੰਜਾਬੀ ਪੰਜਾਬਣ ਲੁੱਡੀ ਨਹੀਂ ਪਾਉਂਦੇ ਇਹ ਮੈਨੂੰ ਦੱਸੋ ਬਿਲਕੁਲ ਸਹੀ ਹੈ ਸਾਰੀਆਂ ਪਾਉਂਦੀਆਂ ਨੇ ਸਾਰੀਆਂ ਪਾਉਂਦੀਆਂ ਤੇ ਅੱਛਾ ਖੁਸ਼ੀ ਤੇ ਲੁੱਡੀ ਛੁੱਡੀ ਪਾਣ ਦਾ ਇਤਫਾਕ ਹੁੰਦਾ ਹੈ ਸ਼ੌਕ ਨਾਲ ਮੈਨੂੰ ਪਸੰਦ ਵੀ ਹੈ ਕਿ ਆਪਣੇ ਦੇਸ਼ ਦਾ ਆਪਣੇ ਇਲਾਕੇ ਦਾ ਆਪਣੀ ਵਿਰਾਸਤ ਜਿਹੜੀ ਸਾਡੀ ਆਪਣੀ ਪੰਜਾਬੀ ਜ਼ੁਬਾਨ ਜਿਹੜੀ ਤੇ ਪੰਜ ਦਰਿਆਵਾਂ ਦਾ ਜਿਹੜਾ ਇਲਾਕਾ ਹੈ ਸਾਰਾ ਜੀ ਸਾਡੀ ਧਰਤੀ ਉਹਦੇ ਵਿੱਚ ਜਿਹੜੇ ਰੰਗ ਨੇ ਜਿਹੜੇ ਮੌਸਮ ਨੇ ਜਿਹੜੇ ਗੀਤ ਗਾਣੇ ਨੇ ਜਿਹੜੇ ਸਾਰੇ ਸਾਡੇ ਰਸਮ ਰਿਵਾਜ ਨੇ ਮੈਂ ਤੇ ਸਮਝ ਨਹੀਂ ਬੜੇ ਸੋਹਣੇ ਨੇ ਅੱਛਾ ਤੁਹਾਨੂੰ ਦਰਿਆ ਦਾ ਕਿਨਾਰਾ ਚੰਗਾ ਲੱਗਦਾ ਸਮੁੰਦਰ ਦਾ

ਤੇ ਸਭ ਤੋਂ ਬਿਹਤਰੀਨ ਉਹ ਵੇਲਾ ਹੈ ਕਿ ਜਦੋਂ ਤੁਹਾਡੇ ਨਾਲ ਤੁਹਾਡੇ ਸਟੂਡੈਂਟਸ ਹੋਣ ਜਾਂ ਆਪਣੇ ਬੱਚੇ ਹੋਣ ਤੇ ਤੇ ਫਿਰ ਤੁਸੀਂ ਜਾਓ ਬਾਹਰ ਪਹਾੜ ਚੰਗੇ ਲੱਗਦੇ ਨੇ ਸਹਿਰਾ ਜਾਂ ਮੈਦਾਨ ਮੈਂ ਜੀ ਪਹਿਲੀ ਵਾਰੀ ਇੰਨਾ ਵੱਡਾ ਜਿਸ ਤਰ੍ਹਾਂ ਜਦੋਂ ਮੈਂ ਬਲੋਚਿਸਤਾਨ ਗਈ ਨਾ ਮੈਨ ਪਤਾ ਤੁਸੀਂ ਕਹਿੰਦੇ ਹੋ ਕਿ ਛੋਟੇ ਛੋਟੇ ਜਵਾਬ ਦਿਓ ਲੇਕਿਨ ਇੱਕ ਜਵਾਬ ਮੈਂ ਜ਼ਰਾ ਪਹਿਲੀ ਸਭ ਤੋਂ ਵੱਡਾ ਜਿਹੜਾ ਸਹਿਰਾ ਹੈ ਮੈਂ ਬਲੋਚਿਸਤਾਨੇ ਜਾ ਕੇ ਦੇਖਿਆ ਇੰਨੀ ਖੂਬਸੂਰਤੀ ਹੈ ਸੋਚ ਪਹਾੜ ਵੀ ਮਗਰ ਗੱਲ ਹੈ ਵੇ ਕਿ ਉੱਥੇ ਜਾ ਕੇ ਫਿਰ ਲੋਕਾਂ ਦੀ ਜ਼ਿੰਦਗੀ ਬੜੀ ਔਖੀ ਆਹ ਜ਼ਿੰਦਗੀ ਔਖੀ ਜਿੱਥੇ ਪਾਣੀ ਨਹੀਂ ਹੈ ਉੱਥੇ ਜ਼ਿੰਦਗੀ ਔਖੀ ਅੱਛਾ ਦੱਸੋ ਕਿ ਤੁਹਾਡੇ ਸੱਜੇ ਹੱਥ ਤੇ ਬਦਲ ਹੋਵੇ ਖੱਬੇ ਹੱਥ ਤੇ ਬਾਰਿਸ਼ ਹੋਵੇ ਸਾਹਮਣੇ ਧੁੱਪ ਹੋਵੇ ਕਿੱਧਰ ਜਾਓਗੇ ਬਾਰਿਸ਼ ਬਾਰਿਸ਼ ਹੀ ਸਫ਼ਰ ਤੁਹਾਨੂੰ ਮੈਨੂੰ ਬੜਾ ਸ਼ੌਕ ਹੈ ਸਫ਼ਰ ਜਾਸ ਤੇ ਚੰਗਾ ਲੱਗਦਾ ਹੈ ਟ੍ਰੇਨ ਤੇ ਮੈਨੂੰ ਟ੍ਰੇਨ ਦਾ ਬੜਾ ਹੀ ਸ਼ੌਕ ਹੈ ਟ੍ਰੇਨ ਪਾਣੀ ਦਾ ਸਫ਼ਰ ਤੇ ਮੈਂ ਬਿਲਕੁਲ ਨਹੀਂ ਕਰ ਸਕਦੀ ਪਤਾ ਨਹੀਂ ਕੀ ਵਜ੍ਹਾ ਹੈ ਲੇਕਿਨ ਮੈਂ ਬਿਲਕੁਲ ਨਹੀਂ ਕਰ ਸਕਦਾ ਟ੍ਰੇਨ ਦਾ ਮੈਨੂੰ ਬਹੁਤ ਪਸੰਦ ਹੈ ਲੇਕਿਨ ਆਜ ਕੱਲ ਤੇ ਜਿਹੜੀ ਸੂਰਤ ਹਾਲ ਹੈ ਜੀ ਅਫਸੋਸ ਨਾਲ ਕਹਿਣਾ ਪੈਂਦਾ ਹੈ ਜਿਸ ਤਰ੍ਹਾਂ ਸ਼ੌਕ ਹੈ ਮੈਂ ਕਿ ਕਈ ਵਾਰੀ ਪਿੰਡੀ ਲਾਹੌਰੋਂ ਤੇ ਇਸਲਾਮਾਬਾਦੋਂ ਟ੍ਰੇਨ ਤੇ ਜਾ ਤਾ ਵੇਖਦੇ ਹੋ ਖਾਬਾਂ ਯਾਦ ਕਰੰਦੇ ਨੇ ਕਈ ਖਾਬ ਤੇ ਖਾਬਾਂ ਵਿੱਚ ਕੌਣ ਆਂਦਾ ਹੈ ਖਬਾ ਇਸ ਤਿਕ ਨੇ ਕਈ ਲੋਕ ਜੀ ਕਈ ਵਾਰੀ ਕਿਤਾਬਾਂ ਜਿਹੜੇ ਲੋਕ ਨੇ ਨੇ ਉਹ ਵੀ ਆਂਦੇ ਨੇ ਕਈ ਵਾਰੀ ਕੋਈ ਫਿਲਮ ਵੇਖੀ ਹੋਈ ਉਹ ਵੀ ਆਂਦੇ ਨੇ ਕਈ ਵਾਰੀ ਆਪਣੇ ਵੀ ਨਜ਼ਦੀਕੀ ਲੋਕ ਹੈ ਇਸ ਤਜ ਕੀਨ ਹੈ ਬਿਲਕੁਲ ਮੁਕਮਲ ਕਦੀ ਕੀਤਾ ਕੀਤਾ ਤੁਹਾਡੇ ਨਾਲ ਵੀ ਕੀਤਾ ਹੋਇਆ ਹੈ ਜੀ ਬਿਲਕੁਲ ਕੀਤਾ ਤੇ ਇਹ ਦੱਸੋ ਕਿ ਸ਼ਨਾਜ਼ ਵਜ਼ੀਰ ਅਲੀ ਸ਼ਾਨੋ ਜੜੀ ਹੈ ਸਾਰਾ ਦਿਨ ਸਿਆਸਤ ਕਰਦੀ ਲੋਕਾਂ ਦੀ ਖਿਦਮਤ ਚ ਮਸਰੂਫ ਰਹਿੰਦੀ ਹੈ ਆਪਣੇ ਨਾਲ ਕਿਦੋਂ ਬੈਠਦੀ ਹੈ ਰਾਤੀ ਸਾਰੇ ਕੰਮ ਕਾਜ ਕਰਕੇ ਰਾਤ ਦੇ ਕੋਈ 11 12 ਵਜੇ ਉਹਦੇ ਬਾਅਦ ਤਾਰੇ ਗਿਣ-ਗਿਣਦੇ ਜਦੋਂ ਨਹੀਂ ਮੈਂ ਬੜਾ ਮੈਨ ਚੰਗਾ ਲੱਗਦਾ ਜੀ ਖਾਮੋਸ਼ੀ ਰਾਤ ਦੀ ਉਸ ਵੇਲੇ ਬੰਦਾ ਆਪਣੀ ਕਿਤਾਬ ਪੜ੍ਹ ਸਕੇ ਆਪਣੇ ਖਿਆਲਾਂ ਉਨਤੇ ਕੋਈ موسیقی ਸੁਣੇ ਤੇ ਆਪਣੀ ਜ਼ਿੰਦਗੀ ਦਾ ਕੋਈ ਜਾਇਜ਼ਾ ਲਵੇ ਠੀਕ ਕੀਤਾ ਲੋ ਜੀ ਵੇਲਾ ਮੁਖਦਾ ਪਿਆ ਤੁਸੀਂ ਸਾਡੀਆਂ ਅੱਜ ਦੀਆਂ ਮਹਿਮਾਨ ਹੋ ਲਕਸ ਪਰਪਲ ਦੀਆਂ Uno ne tareaste, tu fa pejger, te en tu si can